ਬਠਿੰਡਾ ਵਿਖੇ ਮਹਿੰਦਰਾ ਏਜੰਸੀ ਦੇ ਵਿੱਚ ਪਤਾ ਨਹੀਂ ਕਿਸ ਗੱਲੋਂ ਅੱਗ ਲੱਗ ਗਈ ਹੈਗੀ ਆ ਔਰ ਨਵੀਆਂ ਗੱਡੀਆਂ ਤੂੰ ਤੂੰ ਕਰ ਰਾਖ ਹੋ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਬਲਾਸਟ ਕਿਵੇਂ ਹੋ ਰਿਹਾ ਹੈਗਾ ਔਰ ਏਜੰਸੀ ਦੇ ਵਿੱਚ ਖੜੀਆਂ ਸਾਰੀਆਂ ਹੀ ਗੱਡੀਆਂ ਜਲ ਕੇ ਰਾਖ ਹੋ ਗਈਆਂ ਨੇ ਬਠਿੰਡਾ ਦੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹਨਾਂ ਦੇ ਪ੍ਰਬੰਧ ਨਾ ਕਾਫੀ ਨਜ਼ਰ ਆ ਰਹੇ ਨੇ ਇੱਕ ਵੀ ਗੱਡੀ ਜਿਹੜੀ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਬਾਕੀ ਨਹੀਂ ਬਚੀ ਸਾਰੀਆਂ ਹੀ ਗੱਡੀਆਂ ਜਲ ਕੇ ਰਾਖ ਹੋ ਗਈਆਂ ਨੇ ਬਠਿੰਡਾ ਦੀ ਮਾਨਸਾ ਰੋਡ 'ਤੇ ਸਥਿਤ ਮਹਿੰਦਰਾ ਕੰਪਨੀ ਦੀ ਏਜੰਸੀ ਦੇ ਵਿੱਚ ਵੀਰਵਾਰ ਨੂੰ ਸਵੇਰੇ ਲੱਗੀ ਅੱਗ ਦੇ ਕਾਰਨ ਸਾਰੀਆਂ ਹੀ ਗੱਡੀਆਂ ਮੱਚ ਕੇ ਰਾਖ ਹੋ ਗਈਆਂ ਨੇ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਡਬਲ ਸਟੋਰੀ ਏਜੰਸੀ ਦੇ ਵਿੱਚ ਨਵੀਆਂ ਗੱਡੀਆਂ ਨੂੰ ਕਿਵੇਂ ਅੱਗ ਪਈ ਹੋਈ ਹੈਗੀ ਹੈ ਔਰ ਬਲਾਸਟ ਹੋ ਰਹੇ ਨੇ ਬਠਿੰਡਾ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਫਾਇਰ ਬ੍ਰਿਗੇਡ ਦੀ ਗੱਲ ਕਰੀਏ ਤਾਂ ਸਿਰਫ ਇੱਕ ਹੀ ਵੱਡਾ ਫਾਇਰ ਟੈਂਡਰ ਔਰ ਇੱਕ ਛੋਟੀ ਗੱਡੀ ਜਿਹੜੀ ਹੈਗੀ ਆ ਉਹ ਇੱਥੇ ਆਈਆਂ ਹੋਈਆਂ ਹੈਗੀਆਂ ਨੇ ਤਾਂ ਜਦੋਂ ਕਿ ਵੱਡੀ ਏਜੰਸੀ ਦੇ ਹੋਣ ਦੇ ਕਾਰਨ ਜ਼ਿਆਦਾ ਪ੍ਰਬੰਧ ਹੋਣੇ ਚਾਹੀਦੇ ਸੀ ਇੱਥੇ ਪਰ ਫਾਇਰ ਬ੍ਰਿਗੇਡ ਦੇ ਪ੍ਰਬੰਧ ਵੀ ਇੱਥੇ ਨਾ ਕਾਫੀ ਨਜ਼ਰ ਆ ਰਹੇ ਨੇ ਔਰ ਫਾਇਰ ਬ੍ਰਿਗੇਡ ਮੁਲਾਜ਼ਮ ਅੱਗ ਬੁਝਾਉਣ ਦੇ ਵਿੱਚ ਹਾਲੇ ਅਸਫਲ ਨਜ਼ਰ ਆ ਰਹੇ ਨੇ।